सब्सक्राइब करो NC7 न्यूज नू द लेटेस्ट अपडेट पाने लिए प्रेस करो बेल आइकन। यू आर वॉचिंग NC7 न्यूज हर खबर ते नजर। ਸੁਖਪਾਲ ਸਿੰਘ ਖਹਿਰਾ ਨੇ ਵੱਡੀ ਸਿਆਸੀ ਪਾਰਟੀ ਮਾਰੀ ਹੈ। ਖਹਿਰਾ ਨੇ ਵਿਧਾਇਕ ਅਹੁਦੇ ਤੋਂ ਦਿੱਤਾ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਖਹਿਰਾ ਦੇ ਅਸਤੀਫਾ ਵਾਪਸ ਲੈਣ ਦੀ ਪੁਸ਼ਟੀ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੇ ਵੀ ਕੀਤੀ ਹੈ। ਸਰਦਾਰ ਸੁਖਪਾਲ ਸਿੰਘ ਖਹਿਰਾ ਕੱਲ ਸ਼ਾਮ ਨੂੰ ਮੈਨੂੰ ਮਿਲੇ ਸੀ, ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਸੀ ਉਹ ਵਾਪਸ ਲੈ ਲਿਆ। ਹਾਂ, ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਜਦੋਂ ਕੋਈ ਵਿਧਾਨਕਾਰ ਅਸਤੀਫਾ ਦਿੰਦਾ ਹੈ, ਜਦੋਂ ਤੱਕ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਉਹ ਕਿਸੇ ਵੀ ਸਟੇਜ ਤੇ ਆਪਣਾ ਅਸਤੀਫਾ ਵਾਪਸ ਲੈ ਸਕਦਾ। ਕੋਈ ਰੀਜ਼ਨ ਨਹੀਂ ਦਿੱਤਾ ਉਹਨਾਂ ਨੇ, ਸਿਰਫ ਇੱਕ ਲਾਈਨ ਵੀ ਮੈਨੂੰ ਲਿਖ ਕੇ ਦਿੱਤਾ ਹੈ ਕਿ ਮੈਂ ਅਸਤੀਫਾ ਵਾਪਸ ਤੁਸੀਂ ਅਕਸੈਪਟ ਕਰ ਲਿਆ ਕਿ ਰਾਈਟ ਨਹੀਂ ਉਹਦੇ ਚ ਅਕਸੈਪਟ ਵਾਲੀ ਤਾਂ ਗੱਲ ਹੀ ਨਹੀਂ ਕੋਈ, ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹਨਾਂ ਨੇ ਵਾਪਸ ਲੈ ਲਿਆ। ਖਹਿਰਾ ਵੱਲੋਂ ਸਪੀਕਰ ਨੂੰ ਲਿਖੀ ਚਿੱਠੀ ਦੀ ਕਾਪੀ ਵੀ ਸਾਹਮਣੇ ਆਈ ਹੈ। ਖਹਿਰਾ ਨੇ ਆਪਣੇ ਅਸਤੀਫਾ ਵਾਪਸ ਲੈਣ ਤੋਂ ਬਾਅਦ ਪ੍ਰੈਸ ਨੂੰ ਜਾਰੀ ਕਰਕੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਕਿ ਲੋਕਾਂ ਤੇ ਜ਼ਿਮਨੀ ਚੋਣਾਂ ਦਾ ਬੋਝ ਨਾ ਪਵੇ, ਕਿਉਂਕਿ ਜ਼ਿਮਨੀ ਚੋਣਾਂ 'ਚ ਵੱਡਾ ਖਰਚ ਹੁੰਦਾ ਹੈ, ਲੋਕਾਂ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ, ਸ਼ਰਾਬ ਨਸ਼ੇ ਵੰਡੇ ਜਾਂਦੇ ਨੇ, ਇਸ ਲਈ ਉਹ ਨਹੀਂ ਚਾਹੁੰਦੇ ਕਿ ਵੋਟ ਜ਼ਿਮਨੀ ਚੋਣ ਹੋਵੇ। ਦਰਅਸਲ ਖਹਿਰਾ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ ਸੀ। ਲੋਕ ਸਭਾ ਚੋਣਾਂ 'ਚ ਫਤਿਹ ਗੱਠਜੋੜ ਤਹਿਤ ਖਹਿਰਾ ਚੋਣ ਲੜ ਰਹੇ ਸਨ। NC7 News, हर खबर ते नजर।